ਪਾਣੀ ਦੇ ਨਾਲ ਘਿਰਿਆ ਹੋਇਆ ਇਹ ਸ਼ਹਿਰ ਤਸਵੀਰਾਂ ਕੋਈ ਨਜ਼ਾਰੇ ਦੀਆਂ ਨਹੀਂ ਬਲਕਿ ਤਬਾਹੀ ਦੇ ਮੰਜ਼ਰ ਦੀਆਂ ਨੇ। ਜਿੱਥੇ ਲਗਾਤਾਰ ਪਏ ਮੀਂਹ ਤੋਂ ਬਾਅਦ ਸ਼ਹਿਰ ਦਾ ਹਾਲ ਦੇਖੋ, ਜਿੱਥੇ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਤੇ ਪਾਣੀ ਦੇ ਵਿੱਚ ਹੀ ਇਹ ਸ਼ਹਿਰ ਡੁੱਬਿਆ ਹੋਇਆ ਹੈ, ਜਿੱਥੋਂ ਲੋਕਾਂ ਦਾ ਲੰਘਣਾ ਵੀ ਮੁਹਾਲ ਹੋ ਗਿਆ ਹੈ। ਤਸਵੀਰਾਂ ਵਡੋਦਰਾ ਦੀਆਂ ਨੇ, ਜਿੱਥੇ ਵਡੋਦਰਾ ਦੇ ਵਿੱਚ ਲਗਾਤਾਰ ਮੌਲੇਧਾਰ ਮੀਂਹ ਪਿਆ ਹੈ, ਜਿਸ ਤੋਂ ਬਾਅਦ ਇਹ ਹਾਲ ਦੇਖੋ, ਸ਼ਹਿਰ ਦੇ ਮਸ਼ਹੂਰ ਇਲਾਕੇ ਵੀ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ। ਅਸਮਾਨ ਤੋਂ ਡਰੋਨ ਦੇ ਰਾਹੀਂ ਜਦੋਂ ਹਾਲਾਤ ਦੇਖੇ ਗਏ ਤਾਂ ਇਹ ਤਬਾਹੀ ਦਾ ਮੰਜ਼ਰ ਨਜ਼ਰ ਆਇਆ ਹੈ, ਜੋ ਕਿ ਬੇਹੱਦ ਖੌਫਨਾਕ ਵੀ ਹੈ। ਇੱਥੋਂ ਹੀ ਪਤਾ ਲੱਗ ਰਿਹਾ ਹੈ ਕਿ ਸ਼ਹਿਰ ਦੇ ਕੀ ਹਾਲਾਤ ਨੇ। ਹਰ ਪਾਸੇ ਪਾਣੀ ਹੀ ਪਾਣੀ ਹੈ, ਕੋਈ ਵੀ ਰੋਡ ਜਾਂ ਜ਼ਮੀਨ ਨਜ਼ਰ ਨਹੀਂ ਆ ਰਹੀ। ਦੂਰ ਦੂਰ ਤੱਕ ਅਜਿਹਾ ਹੀ ਮੰਜ਼ਰ ਨਜ਼ਰ ਆ ਰਿਹਾ ਹੈ। ਲੋਕਾਂ ਦੇ ਘਰਾਂ 'ਚ ਦੁਕਾਨਾਂ 'ਚ ਵੀ ਪਾਣੀ ਵੜ ਚੁੱਕਿਆ ਹੈ ਤੇ ਲੋਕ ਘਰਾਂ ਦੇ ਅੰਦਰ ਕੈਦ ਹੋ ਕੇ ਰਹਿ ਗਏ ਨੇ। ਮੀਂਹ ਰੁਕ ਵੀ ਜਾਂਦਾ ਹੈ ਤਾਂ ਵੀ ਪਾਣੀ ਇਸੇ ਤਰ੍ਹਾਂ ਹੀ ਖੜਾ ਰਹਿੰਦਾ ਹੈ, ਜਿਸ ਕਰਕੇ ਲੋਕ ਘਰਾਂ ਦੇ ਅੰਦਰ ਬੰਦ ਹੋਣ ਲਈ ਮਜਬੂਰ ਨੇ, ਬਾਹਰ ਨਹੀਂ ਨਿਕਲ ਪਾ ਰਹੇ। ਇਹ ਤਸਵੀਰਾਂ ਵਡੋਦਰਾ ਦੇ ਪਾਦਰਾ ਇਲਾਕੇ ਦੀਆਂ ਨੇ, ਜਿੱਥੇ ਮੌਲੇਧਾਰ ਮੀਂਹ ਤੋਂ ਬਾਅਦ ਇਹ ਤਬਾਹੀ ਮਚੀ ਹੈ। 12-12 ਇੰਚ ਬਰਸਾਤ ਹੋਈ ਹੈ, ਜਿਸ ਨਾਲ ਸਾਰੇ ਇਲਾਕੇ ਇਸ ਪਾਣੀ 'ਚ ਡੁੱਬ ਚੁੱਕੇ ਨੇ। ਹਾਲੇ ਮੀਂਹ ਰੁਕਿਆ ਨਹੀਂ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਬਰਸਾਤ ਹਾਲੇ ਹੋਰ ਵੀ ਹੋਏਗੀ, ਜਿਸ ਨਾਲ ਇਹ ਮੰਜ਼ਰ ਹੋਰ ਵੀ ਖੌਫਨਾਕ ਹੋ ਸਕਦਾ ਹੈ। ਪਾਣੀ ਦੇ ਨਾਲ ਘਿਰਿਆ ਹੋਇਆ ਇਹ ਸ਼ਹਿਰ ਤਸਵੀਰਾਂ ਕੋਈ ਨਜ਼ਾਰੇ ਦੀਆਂ ਨਹੀਂ ਬਲਕਿ ਤਬਾਹੀ ਦੇ ਮੰਜ਼ਰ ਦੀਆਂ ਨੇ। ਜਿੱਥੇ ਲਗਾਤਾਰ ਪਏ ਮੀਂਹ ਤੋਂ ਬਾਅਦ ਸ਼ਹਿਰ ਦਾ ਹਾਲ ਦੇਖੋ, ਜਿੱਥੇ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਤੇ ਪਾਣੀ ਦੇ ਵਿੱਚ ਹੀ ਇਹ ਸ਼ਹਿਰ ਡੁੱਬਿਆ ਹੋਇਆ ਹੈ, ਜਿੱਥੋਂ ਲੋਕਾਂ ਦਾ ਲੰਘਣਾ ਵੀ ਮੁਹਾਲ ਹੋ ਗਿਆ ਹੈ। ਤਸਵੀਰਾਂ ਵਡੋਦਰਾ ਦੀਆਂ ਨੇ, ਜਿੱਥੇ ਵਡੋਦਰਾ ਦੇ ਵਿੱਚ ਲਗਾਤਾਰ ਮੌਲੇਧਾਰ ਮੀਂਹ ਪਿਆ ਹੈ, ਜਿਸ ਤੋਂ ਬਾਅਦ ਇਹ ਹਾਲ ਦੇਖੋ, ਸ਼ਹਿਰ ਦੇ ਮਸ਼ਹੂਰ ਇਲਾਕੇ ਵੀ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ। ਅਸਮਾਨ ਤੋਂ ਡਰੋਨ ਦੇ ਰਾਹੀਂ ਜਦੋਂ ਹਾਲਾਤ ਦੇਖੇ ਗਏ ਤਾਂ ਇਹ ਤਬਾਹੀ ਦਾ ਮੰਜ਼ਰ ਨਜ਼ਰ ਆਇਆ ਹੈ, ਜੋ ਕਿ ਬੇਹੱਦ ਖੌਫਨਾਕ ਵੀ ਹੈ। ਇੱਥੋਂ ਹੀ ਪਤਾ ਲੱਗ ਰਿਹਾ ਹੈ ਕਿ ਸ਼ਹਿਰ ਦੇ ਕੀ ਹਾਲਾਤ ਨੇ। ਹਰ ਪਾਸੇ ਪਾਣੀ ਹੀ ਪਾਣੀ ਹੈ, ਕੋਈ ਵੀ ਰੋਡ ਜਾਂ ਜ਼ਮੀਨ ਨਜ਼ਰ ਨਹੀਂ ਆ ਰਹੀ। ਦੂਰ ਦੂਰ ਤੱਕ ਅਜਿਹਾ ਹੀ ਮੰਜ਼ਰ ਨਜ਼ਰ ਆ ਰਿਹਾ ਹੈ। ਲੋਕਾਂ ਦੇ ਘਰਾਂ 'ਚ ਦੁਕਾਨਾਂ 'ਚ ਵੀ ਪਾਣੀ ਵੜ ਚੁੱਕਿਆ ਹੈ ਤੇ ਲੋਕ ਘਰਾਂ ਦੇ ਅੰਦਰ ਕੈਦ ਹੋ ਕੇ ਰਹਿ ਗਏ ਨੇ। ਮੀਂਹ ਰੁਕ ਵੀ ਜਾਂਦਾ ਹੈ ਤਾਂ ਵੀ ਪਾਣੀ ਇਸੇ ਤਰ੍ਹਾਂ ਹੀ ਖੜਾ ਰਹਿੰਦਾ ਹੈ, ਜਿਸ ਕਰਕੇ ਲੋਕ ਘਰਾਂ ਦੇ ਅੰਦਰ ਬੰਦ ਹੋਣ ਲਈ ਮਜਬੂਰ ਨੇ, ਬਾਹਰ ਨਹੀਂ ਨਿਕਲ ਪਾ ਰਹੇ। ਇਹ ਤਸਵੀਰਾਂ ਵਡੋਦਰਾ ਦੇ ਪਾਦਰਾ ਇਲਾਕੇ ਦੀਆਂ ਨੇ, ਜਿੱਥੇ ਮੌਲੇਧਾਰ ਮੀਂਹ ਤੋਂ ਬਾਅਦ ਇਹ ਤਬਾਹੀ ਮਚੀ ਹੈ। 12-12 ਇੰਚ ਬਰਸਾਤ ਹੋਈ ਹੈ, ਜਿਸ ਨਾਲ ਸਾਰੇ ਇਲਾਕੇ ਇਸ ਪਾਣੀ 'ਚ ਡੁੱਬ ਚੁੱਕੇ ਨੇ। ਹਾਲੇ ਮੀਂਹ ਰੁਕਿਆ ਨਹੀਂ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਬਰਸਾਤ ਹਾਲੇ ਹੋਰ ਵੀ ਹੋਏਗੀ, ਜਿਸ ਨਾਲ ਇਹ ਮੰਜ਼ਰ ਹੋਰ ਵੀ ਖੌਫਨਾਕ ਹੋ ਸਕਦਾ ਹੈ।